ਰੰਧਾਵਾ ਸਾਹਿਬ ਬਹੁਤ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਤੇ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਰੰਧਾਵਾ ਸਾਹਿਬ ਤੁਹਾਨੂੰ ਟਿਕਟ ਦਿੱਤੀ ਗਈ ਹੈ ਡੇਰਾ ਬਾਬਾ ਨਾਨਕ ਤੋਂ ਮੁੜ ਤੋਂ ਦਿੱਤੀ ਗਈ ਹੈ 2022 ਵਿੱਚ ਵੀ ਤੁਸੀਂ ਚੋਣ ਮੈਦਾਨ ਵਿੱਚ ਸਨ ਤੇ ਕੀ ਮੁੱਦੇ ਸਮਝਦੇ ਹੋ ਜਿਨ੍ਹਾਂ ਤੇ ਤੁਸੀਂ ਕੰਮ ਕਰੋਗੇ ਲੋਕਾਂ ਦੇ ਵਿੱਚ ਲੈ ਕੇ ਜਾਓਗੇ ਹੁਣ ਵੋਟਾਂ ਦੇ ਲਈ ਜੀ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਜੋ 2.5 ਸਾਲਾਂ 'ਚ ਕੰਮ ਕੀਤੇ ਪੰਜਾਬ 'ਚ ਜੀ ਉਹ ਮੇਨ ਸੀ ਜੋ ਆਪਾਂ ਕੰਮ ਦੇ ਆਧਾਰ ਤੇ ਲੋਕਾਂ ਕੋਲ ਵੋਟਾਂ ਲੈਣ ਜਾਵਾਂਗੇ ਤੇ ਲੋਕ ਸਾਨੂੰ ਉਹਨਾਂ ਸਾਨੂੰ ਪਤਾ ਕਿ ਲੋਕੀ ਵੱਡੀ ਵੱਡੀ ਪੱਧਰ 'ਚ ਲੋਕੀ ਸਾਡੇ ਤੇ ਵਿਸ਼ਵਾਸ ਕਰਦੇ ਆ ਤੇ ਲੋਕਾਂ ਨੇ ਸਾਬਤ ਹੀ ਕਰ ਦਿੱਤਾ ਵਾ ਕਿ ਜਿਹੜੀਆਂ ਪੰਜਾਬ ਦੀਆਂ ਇਲੈਕਸ਼ਨਾਂ ਹੋਈਆਂ ਨੇ 80% ਜਿਹੜੇ ਸਰਪੰਚ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਬਣਾਏ ਨੇ ਤੇ ਕੰਮਾਂ ਤੇ ਮੋਹ ਜਿਹੜੀ ਆਮ ਆਦਮੀ ਪਾਰਟੀ ਨੇ ਲਾਈ ਹੈ ਰੰਧਾਵਾ ਸਾਹਿਬ ਕੀ ਲੱਗਦਾ 2022 ਵਿੱਚ ਕਿੱਥੇ ਕਮੀ ਰਹਿ ਗਈ ਸੀ ਕਿ ਉਹਨਾਂ ਫੈਕਟਰਸ ਤੇ ਹੁਣ ਕੰਮ ਕਰੋਗੇ ਦੇਖੋ ਜੀ ਜਿਹੜੇ 22 ਦੇ ਜ਼ਿਲ੍ਹਾ ਗੁਰਦਾਸਪੁਰ ਲਗਭਗ 22 ਚ ਸਾਰਾ ਹੀ ਰਹਿ ਗਿਆ ਸੀਗਾ ਲੋਕਾਂ 'ਚ ਅਵੇਅਰਨੈਸ ਨਹੀਂ ਸੀਗੀ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਜੀ ਦੂਸਰੀਆਂ ਜਿਹੜਾ ਸੀਗਾ ਪ੍ਰਚਾਰ ਉਸ ਹਿਸਾਬ ਨਾਲ ਨਹੀਂ ਹੋ ਸਕਿਆ ਬਾ ਹੁਣ ਜਿਹੜੇ ਲੋਕ ਜਾਗ ਚੁੱਕੇ ਨੇ ਤੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੀ ਕੰਮਾਂ ਤੇ ਮੋਹਰ ਜ਼ਰੂਰ ਲਾਉਣਗੇ ਰੰਧਾਵਾ ਸਾਹਿਬ ਬਾਰਡਰ ਜਿਹੜੇ ਇਲਾਕੇ ਹੁੰਦੇ ਨੇ ਉਹਨਾਂ ਦੇ ਵੱਖਰੇ ਮੁੱਦੇ ਹੁੰਦੇ ਨੇ ਪਿੰਡਾਂ ਦੇ ਪਿੰਡ ਅਲੱਗ ਹੋ ਜਾਂਦੇ ਨੇ ਜਦੋਂ ਮੌਸਮ ਦਾ ਕਹਿਰ ਵੇਖਣ ਨੂੰ ਮਿਲਦਾ ਇਸ ਤੋਂ ਇਲਾਵਾ ਕੰਡਿਆਲੀ ਤਾਰਾਂ ਦਾ ਮੁੱਦਾ ਰਹਿੰਦਾ ਹੈ ਤੁਹਾਡੇ ਮੁਤਾਬਕ ਡੇਰਾ ਬਾਬਾ ਨਾਨਕ ਦੇ ਅਜਿਹੇ ਕੀ ਮੁੱਦੇ ਨੇ ਜਿਨ੍ਹਾਂ ਨੂੰ ਇੰਪਰੂਵ ਕਰਨ ਦੀ ਜ਼ਰੂਰਤ ਹੈ ਕਿੱਥੇ ਕਮੀ ਕਿੱਥੇ ਹੈ ਇਸ ਸਮੇਂ ਤੇ ਦੇਖੋ ਜਿਹੜੇ ਬਾਰਡਰ ਦੇ ਮੁੱਦੇ ਨੇ ਉਹ ਬੇਰੁਜ਼ਗਾਰੀ ਦਾ ਮੁੱਦਾ ਹੈਗਾ ਮੈਂ ਚਾਹੁੰਦਾ ਕਿ ਅਗਰ ਜਿੱਤ ਕੇ ਇਸ ਮੁੱਦਾ ਜ਼ਰੂਰ ਰੱਖਾਂਗਾ ਕਿ ਜਿਹੜੀ ਬਾਰਡਰ ਬੈਲਟ ਦੀ ਪੱਟੀ ਆ ਉਹਨਾਂ ਨੂੰ ਨੌਜਵਾਨ ਨੂੰ ਸਪੈਸ਼ਲ ਕੋਟਾ ਦਿੱਤਾ ਜਾਵੇ ਉਹਨਾਂ ਨੂੰ ਉਹਦੇ 'ਚ ਥੋੜ੍ਹੀ ਛੋਟ ਦਿੱਤੀ ਜਾਵੇ ਠੀਕ ਹੈ ਨਾ ਉਹ ਮੇਨ ਮੁੱਦੇ ਬੇਰੁਜ਼ਗਾਰੀ ਦਾ ਸੀਗਾ ਉਹ ਆਪਾਂ ਸਮੇਂ ਆਉਣ 'ਤੇ ਉਹ ਜ਼ਰੂਰ ਲੈ ਕੇ ਆਵਾਂਗੇ ਰੰਧਾਵਾ ਸਾਹਿਬ ਬਾਰਡਰ ਇਲਾਕਿਆਂ ਦੇ ਲਈ ਖਾਸ ਤੌਰ 'ਤੇ ਇੱਕ ਗੱਲ ਕਹੀ ਜਾਂਦੀ ਹੈ ਕਿ ਸਰਕਾਰਾਂ ਬਦਲਦੀਆਂ ਨੇ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਵਿਕਾਸ ਉਸ ਪੱਧਰ 'ਤੇ ਹੁੰਦਾ ਨਹੀਂ ਹੈ ਇਸ ਨੂੰ ਲੈ ਕੇ ਕੀ ਕਹੋਗੇ ਦੇਖੋ ਜੀ ਆਪਾਂ ਪਿਛਲੀ ਗੱਲ ਤਾਂ ਕਰਨੀ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਕਾਂਗਰਸ ਨੇ ਪੰਜਾਬ 'ਚ ਰਾਜ ਕੀਤਾ ਹੈ ਜੀ ਉਹਨਾਂ ਦੇ ਹੀ ਇੱਥੇ MLA ਮੰਤਰੀ ਬਣਦੇ ਰਹੇ ਨੇ 2.5 ਸਾਲਾਂ ਦਾ ਜਿਹੜਾ ਡਿਵੈਲਪਮੈਂਟ ਦਾ ਕੰਮ ਹੋਇਆ ਉਹ ਮੈਂ ਲੈ ਕੇ ਲੋਕਾਂ 'ਚ ਜਾਵਾਂਗਾ ਲੋਕੀ ਦੇਖ ਲੈਣਗੇ ਕੰਪੈਰੀਜ਼ਨ ਕਰਨਗੇ ਉਹਨਾਂ 17 ਸਾਲਾਂ ਨਾਲ ਤੇ 2.5 ਸਾਲਾਂ ਦਾ ਕੰਪੈਰੀਜ਼ਨ ਕਰਕੇ ਤਾਂ ਲੋਕ ਦੇਖਣਗੇ ਕਿ 2.5 ਸਾਲਾਂ 'ਚ ਕਿੰਨਾ ਕੰਮ ਹੋਇਆ ਉਹਨਾਂ 75 ਸਾਲਾਂ 'ਚ ਕਿੰਨਾ ਕੰਮ ਕੀਤਾ ਰੰਧਾਵਾ ਸਾਹਿਬ ਕੀ ਦਾਅਵਾ ਕਰਦੇ ਹੋ ਕਿ ਹਾਲਾਤ ਬਦਲਣਗੇ ਬਿਲਕੁਲ ਬਦਲਣਗੇ ਤੇ ਆਖਰ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਤੇ ਇੱਕ ਹੋਰ ਸਵਾਲ ਹੈ ਮੇਰਾ ਕਿ ਜਿਹੜੇ ਹੋਰ ਪਾਰਟੀਜ਼ ਹੈ ਕਿਸ ਨੂੰ ਸਭ ਤੋਂ ਵੱਡਾ ਕੰਪੀਟੀਟਰ ਤੁਸੀਂ ਮੰਨਦੇ ਹੋ ਦੇਖੋ ਜੇ ਤਾਂ ਬਾਕੀ ਪਾਰਟੀਆਂ ਨੇ ਆਪਣੇ ਕੈਂਡੀਡੇਟ ਉਤਾਰਨੇ ਆ ਜੀ ਉਹ ਜਦੋਂ ਕੈਂਡੀਡੇਟ ਆਊਗਾ ਫਿਰ ਮੈਂ ਉਸ ਤੋਂ ਬਾਅਦ ਦੱਸੂਗਾ ਕਿ ਕਿਹੜਾ ਬੰਦਾ ਕਿਹੜਾ ਨਹੀਂ ਸਾਡੇ ਮੁਕਾਬਲੇ 'ਚ ਕਾਂਗਰਸ ਨੂੰ ਟੱਕਰ ਵਿੱਚ ਨਹੀਂ ਦੇਖਦੇ ਜਦੋਂ ਇੰਨੇ ਲੰਮੇ ਸਮੇਂ ਤੱਕ ਕਾਂਗਰਸ ਰਹੀ ਆ ਕੈਂਡੀਡੇਟ ਤੇ ਡਿਪੈਂਡ ਹੁੰਦਾ ਜੀ ਕੈਂਡੀਡੇਟ ਆਉਣ ਤੇ ਡਿਪੈਂਡ ਹੈ ਜੀ ਬਹੁਤ ਸ਼ੁਕਰੀਆ ਰੰਧਾਵਾ ਸਾਹਿਬ ਲਿਵਿੰਗ ਇੰਡੀਆ ਨਿਊਜ਼ ਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤਾਂ ਗੁਰਦੀਪ ਸਿੰਘ ਰੰਧਾਵਾ ਸਾਡੇ ਨਾਲ ਜੁੜੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਬਣਾਏ ਗਏ ਨੇ ਡੇਰਾ ਬਾਬਾ ਨਾਨਕ ਤੋਂ ਸਰਹੱਦੀ ਇਲਾਕਾ ਤੇ ਆਪਣੇ ਆਪ ਵਿੱਚ ਕਈ ਚੁਣੌਤੀਆਂ ਸਰਹੱਦੀ ਹਲਕਿਆਂ ਦੇ ਵਿੱਚ ਦੇਖੀਆਂ ਜਾਂਦੀਆਂ ਨੇ ਤੇ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਰੰਧਾਵਾ ਚੋਣ ਜਿੱਤ ਕੇ ਹੁਣ ਸੰਸਦ ਦੇ ਵਿੱਚ ਪਹੁੰਚੇ ਨੇ ਵਿਧਾਇਕ ਸਨ ਡੇਰਾ ਬਾਬਾ ਨਾਨਕ ਤੋਂ ਤੇ ਹੁਣ ਇੱਥੇ ਇਹ ਦੱਸ ਦਈਏ ਕਿ ਗੁਰਦਾਸਪੁਰ ਤੋਂ ਸੰਸਦ ਨੇ ਤੇ ਦਲਜੀਤ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ ਵਾਪਸ ਰੁੱਖ ਕਰਾਂਗੇ ਦਲਜੀਤ ਦਾ ਦਲਜੀਤ ਹਾਲੀ ਦੇ ਵਿੱਚ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਸਾਡੇ ਨਾਲ ਜੁੜੇ ਤੇ ਦਾਅਵਾ ਕਰਦੇ ਹੋਏ ਨਜ਼ਰ ਆਏ ਕਿ ਵਿਕਾਸ ਹੋਵੇਗਾ ਹਾਲਾਤ ਬਦਲਣਗੇ ਕੀ ਲੱਗਦਾ ਹੈ ਕਿੰਨਾ ਕੁ ਟਫ ਰਹਿੰਦਾ ਹੈ ਬਾਰਡਰ ਹਲਕਿਆਂ ਦੇ ਵਿੱਚ ਵਿਕਾਸ ਕਰਨਾ ਤੇ ਇਸ ਤਰ੍ਹਾਂ ਦੇ ਦਾਅਵੇ ਕਰਨਾ